ਜਾਸਾਂ ਵੇ ਜਾਸਾਂ ਕੀ ਬਾਤ ਹੈ ਮਾਸ਼ਾਅੱਲਾ ਜੀ ਰਾਸ਼ ਵੇਖੋ ਲੱਸੀ ਦਾ ਏਅਰਪੋਰਟ ਤੋਂ ਨਿਕਲੇ ਹਾਂ ਵਾਪਸੀ ਆ ਗਿਆ ਜੀ ਜ਼ਿਲ੍ਹੇ ਕੋਲ ਜਾਂਦੇ ਆ ਜਿਹੜਾ ਨਾ ਲੱਸੀ ਪੀਂਦੇ ਜਾਈਏ ਅਸਲਾਮ ਅਲੈਕਮ ਬੱਬਰ ਸ਼ਰੋ ਕੀ ਹਾਲ ਚਾਲ ਹੈ ਠੀਕ ਹੋ ਸਿਹਤ ਵੀ ਹੈ ਠੀਕ ਹੈ ਜਲਦੀ ਦੇ ਨਾਲ ਸਾਡਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਸ਼ੇਅਰ ਕਰੋ ਮੈਂ ਭਾਵਾਰਸ ਅਸਲਾਨ ਭਾਈ ਅੱਜ ਭਾਵਾਰਸ ਅਸੀਂ ਜਨਾਬ ਜਾ ਰਹੇ ਜੇ ਲਾਹੌਰ ਚਿਲ ਕਰਨ ਇੰਜੋਏ ਕਰ ਭਾਵਾਰਸ ਆਂਦਾ ਹੀ ਪੈ ਕੇ ਯਾਰ ਲਾਹੌਰ ਚਲੀਏ ਫਿਰ ਤੁਰ ਕੇ ਆਈਏ ਤੇ ਜਨਾਬ ਅਸੀਂ ਜਾ ਰਹੇ ਜੇ ਲਾਹੌਰ ਮੈਂ ਚਲਾ ਰਿਹਾ ਜੇ ਗੱਡੀ ਔਰ ਧੁੰਦ ਜਿਹੜੀ ਜੇ ਨਾ ਉਹ ਪਈ ਜੇ ਅਖੀਰਾਂ ਦੀ ਆਰਾਮ ਸੀ ਲੈਣੇ ਕਾ ਇਹ ਗੱਡੀ ਜੇ ਵੱਡੀ ਹੈ ਤੇ ਮਗਰ ਹਾਂ ਲਾਈ ਹੈ ਗੱਡੀ ਉਹ ਤੋਰੀ ਜਾਂਦਾ ਪਾ ਤੇ ਅਸੀਂ ਇਹਦੇ ਮਗਰ 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 ਆ ਭਾਵਾਰਸ ਪਿੱਛੇ ਬਹਿ ਕੇ ਪੂਰਾ ਜਿਹੜਾ ਨਾ ਹੀਟਰ ਹਾਂ ਚਲਾਏ ਆ ਤੇ ਚਿਲ ਕਰੀ ਜਾਣ ਡਿਆ ਬਸ ਥੋੜੀ ਦੇਰ ਤੱਕ ਅਸੀਂ ਪਹੁੰਚ ਜਾਣਾ ਗੁਜਰਾਂਵਾਲੇ ਉੱਥੋਂ ਜਿਹੜਾ ਨਾ ਉਹ ਖਵਾਉਣੀ ਹੈ ਮੱਛੀ ਭਾਵਾਰਸ ਨੂੰ ਕਰਨਾ ਗਰਮ ਥੋੜਾ ਜਿਹਾ ਹਾਂ ਪੂਰੇ ਭਾਰਾਂ ਨਾਲ ਗਰਮ ਕਰਨਾ ਭਾਵਾਰਸ ਨੂੰ ਫੇਰ ਇਹਨੂੰ ਅਸਾਂ ਲੈ ਕੇ ਜਾਣਾ ਲਾਹੌਰ ਸਾਡੇ ਨਾਲ ਨਾਲ ਰਹਿਣਾ ਕਿਸੇ ਪਾਸੇ ਨੀ ਜੇ ਜਾਣਾ ਨਾਕਾ ਲੱਗਾ ਹੁੰਦਾ ਤੇ ਅੱਜ ਕੱਲ ਲਾਇਸੈਂਸ ਦੀ ਜਿਹੜਾ ਨਾ ਉਹ ਬਹੁਤ ਜ਼ਿਆਦਾ ਸਖਤੀ ਹੈ ਕੈਸ਼ ਲੈਣ ਵਾਲੀ ਉਹ ਵੀ ਜੇ ਇਧਰ ਵੀ ਬਹੁਤ ਜ਼ਿਆਦਾ ਸਖਤੀ ਹੈ ਇਸ ਵਾਸਤੇ ਜਿਹੜਾ ਨਾ ਮੈਂ ਡਰਾਈਵ ਅਰਸਲਾਨ ਭਾਈ ਨੂੰ ਦਿੱਤੀ ਹੈ ਮੈਂ ਕਿਹਾ ਇਹ ਚਲਾਣ ਹੁਣ ਇਹ ਬੜੀ ਅੱਛੀ ਬਾਤ ਕਹੀ ਆ ਹਾਂ ਭਾਵਾਰਸ ਖੁੱਲੀ ਅੱਖ ਭਾਵਾਰਸ ਦੇ ਭਾਜੀ ਪਿੱਛੇ ਜਿਹੜਾ ਨਾ ਤੋੜੀ ਉਹ ਸੁੱਤਾ ਆ ਸੱਜ ਜਿਹੜਾ ਨਾ ਸਾਨੂੰ ਸਾਡੇ ਪਾਸੇ ਜਿਹੜਾ ਨਾ ਧੁੰਦ ਬਹੁਤ ਜ਼ਿਆਦਾ ਪਈ ਇਸ ਪਾਸੇ ਜਿਹੜਾ ਨਾ ਉਹ ਧੁੰਦ ਏਡੀ ਨਹੀਂ ਹੈ ਲਾਹੌਰ ਬਿਲਕੁਲ ਨਾਰਮਲ ਹੈ ਸਿਆਲਕੋਟ ਜਿਹੜਾ ਨਾ ਧੁੰਦ ਬਹੁਤ ਜ਼ਿਆਦਾ ਸੀ ਜੇ ਡਸਕੇ ਤੋਂ ਅਸੀਂ ਪਿੱਛੇ ਹਾਂ ਜਦੋਂ ਨਿਕਲੇ ਹਾਂ ਨਾ ਤੇ ਸਾਨੂੰ ਇਹ ਮੋਟਰ ਵੇ ਬੰਦ ਹੋਣੀ ਹੈ ਤੇ ਗੁਜਰਾਂਵਾਲੇ ਨੂੰ ਚੱਲਾਂਗੇ ਉੱਥੇ ਆਰਾਮ ਨਾਲ ਤਿੜੇ ਚਿੜੇ ਛਿੜੇ ਖਾਵਾਂਗੇ ਤੇ ਮੱਛੀ ਖਾਵਾਂਗੇ ਲੇਕਿਨ ਉਹ ਬੰਦ ਹੋ ਗਿਆ ਸੀ ਮੋਟਰ ਵੇ ਤੋਂ ਐਵੇਂ ਹੀ ਜਿਹੜਾ ਨਾ ਗੱਡੀ ਹੈ ਸਾਡੇ ਅੱਗੇ ਲੱਗੀ ਆਈ ਉਹ ਵੱਡੀ ਜਿਹੜੀ ਹੈ ਉਹਦੇ ਅਸੀਂ ਮਗਰ ਮਗਰ ਆਏ ਉਹਨੇ ਮੋਟਰ ਵੇ ਵੱਲ ਨੂੰ ਚਾੜੀ ਆਏ ਹਾਂ ਵੀ ਮਗਰ ਚਾੜ ਦਿੱਤੀ ਕਿ ਵੇਖ ਲੈਂਦੇ ਹਾਂ ਜੇ ਖੁੱਲੀ ਹੈ ਕਿ ਨਹੀਂ ਲੇਕਿਨ ਉਹ ਖੁੱਲੀ ਸੀ ਅਸੀਂ ਫਾਂਡੇ 'ਚ ਆਏ ਹਾਂ ਉਹ ਤਕਰੀਬਨ ਕੋਈ 15-20 ਕਿਲੋਮੀਟਰ ਅਸੀਂ ਸਿਆਲਕੋਟ ਵਾਲੇ ਟੂਲ ਪਲਾ ਦੇ ਤੋਂ ਅੱਗੇ ਨਿਕਲਿਆ ਤੇ ਅੱਗੇ ਧੁੰਦ ਬਿਲਕੁਲ ਜਿਹੜਾ ਨਾ ਕੋਈ ਵੀ ਨਹੀਂ ਆ ਮੌਸਮ ਬਿਲਕੁਲ ਸਾਫ਼ ਸੀ ਉਹ ਆਵਾਰਸ ਪਿੱਛੇ ਟਿਕ ਟਾਕ ਲਾਈ ਸੀ ਤੇ ਜਿਹੜਾ ਨਾ ਉਹ ਕਾਲਾ ਬ੍ਰਾਂਡ ਜਿਹੜਾ ਉਹਦੇ ਉਹਦੀ ਇੱਕ ਸਹੇਲੀ ਹੋਈ ਉਹਦਾ ਨਾਂ ਹੈ ਆਹੋ ਸੂਫੀਆਂ ਦੀ ਸਹੇਲੀ ਹੋਈ ਹੈ ਉਹਨਾਂ ਦੋਵਾਂ ਦਾ ਅਕਸਰ ਜਿਹੜਾ ਨਾ ਪਿਆਰ ਮੁਹੱਬਤ ਵਾਲਾ ਮੈਚ ਲੱਗਾ ਹੁੰਦਾ ਤੇ ਭਾਵਾਰਸ ਪਿਆਰ ਮੁਹੱਬਤ ਵਾਲੇ ਮੈਚ ਬੜੇ ਵਹਿੰਦਾ ਭਾਵਾਰਸ ਉਹ ਵਹਿੰਦਾ ਵਹਿੰਦਾ ਟੂਲ ਪਲਾਜ਼ੇ ਤੇ ਜਦੋਂ ਆਹ ਬ੍ਰੇਕ ਮਾਰੀ ਹੈ ਨਾ ਡਰਾਈਵਰ ਸੀਟ ਬਦਲਣ ਲਈ ਫਿਰ ਭਾਵਾਰਸ ਨੇ ਪੁੱਟੀ ਜੀ ਅੱਖ ਓਏ ਹੋਏ ਹੋਏ ਭਾਜੀ ਆਹ ਖਾਣੀ ਹਜੇ ਰੋਟੀ ਤੇ ਸ਼ਹੀਦਾਂ ਚੌਕ ਦੇ ਵਿੱਚ ਆਣ ਕੇ ਬੰਦੇ ਨੂੰ ਪੁੱਛਿਆ ਹਾਂ ਹੋਟਲ ਵੱਲੋਂ ਉਹਨੇ ਕਿਹਾ ਜੀ ਸਿੱਧੇ ਹੀ ਤੁਰੀ ਜਾਓ ਓਏ ਐ ਹੀ ਜੇ ਇਹ ਕਿਹੜਾ ਉਹ ਜੇ ਫੱਜਾ ਸਿਰੀ ਪਾਏ ਵਾਲਾ ਬੰਦੇ ਨੇ ਸਾਨੂੰ ਜਿਹੜਾ ਨਾ ਉਹ ਦੱਸਿਆ ਤੇ ਹੈ ਵੇ ਖੱਜਲ ਹੀ ਥੋੜਾ ਜਿਹਾ ਹੋਏ ਆ ਲੇਕਿਨ ਆ ਹੀ ਜਿਹੜਾ ਨਾ ਉਹ ਯਕੀਨ ਕਰੋ ਕਿ ਸਹੀ ਜਗ੍ਹਾ ਤੇ ਗਏ ਆ ਫੱਜਾ ਜਿਹੜਾ ਨਾ ਮਸ਼ਹੂਰ ਹੈ ਹੁਣ ਇੱਥੇ ਗੱਡੀ ਸਾਨੂੰ ਪਾਰਕਿੰਗ ਲਈ ਕਿਤੇ ਜਗ੍ਹਾ ਲੱਭ ਜੇ ਪਾਰਕਿੰਗ ਦੇਖੋ ਅਗਲੇ ਲਵਾਉਣ ਡੇ ਨੇ ਧਿਆਨ ਦੇ ਨਾਲ ਯਾਰਫ ਛਟਕਾਰਾ ਟਿਕਟਾਕ ਤੇ ਵੀ ਮਸ਼ਹੂਰ ਹੈ ਇਹਦੇ ਕੋਲ ਜਨਾਬ ਅਸੀਂ ਪਹੁੰਚ ਗਏ ਜੇ ਖਾਣ ਵਾਸਤੇ ਰਸ਼ ਵੇਖੋ ਜਨਾਬ ਇਹਦੇ ਕੋਲ ਕਿਸ ਤਰ੍ਹਾਂ ਲੱਗਾ ਮਜ਼ੇ ਹੀ ਅੱਜ ਪੂਰੇ ਹੋਣ ਦੇ ਹਾਏ 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 ਚਾਸਾਂ ਵੇ ਚਾਸਾਂ ਭਾਜੀ ਹੈ ਨਾ ਮਜ਼ਾ ਭਾਵਾ ਦੇ ਸਾਹਮਣੇ ਖਲੋ ਕੇ ਬੜੇ ਪਿਆਰ ਨਾਲ ਵੇਖ ਰਿਹਾ ਵੇ ਕੀ ਬੰਦ ਆ ਮੈਂ ਭਾਜੀ ਉਹਦੇ ਕੋਲ ਵਾਰੀ ਨਹੀਂ ਸੀ ਆਉਂਦੀ ਪਲੇਟਾਂ ਹੀ ਤੂੰ ਖਾਲੀ ਲਿਆ ਦੇ ਯਾਰ ਤੋਂ ਲਓ ਜੀ ਭਾਜੀ ਉਹ ਆ ਗਏ ਜੇ ਸਾਡੀ ਮਟਨ ਕੜਾਈ ਲੈ ਕੇ ਆਏ ਆ ਯਾਰਫ ਝਟਕਾਰਾ ਤੋਂ
ਬਹਿੰਦੇ ਹਾਂ ਦੋਵਾਂ 'ਚ ਜਿਹੜਾ ਨਾ ਉਹ ਕਿਹੜਾ ਮਸ਼ਹੂਰ ਹੈ ਤੇ ਸਾਰੇ ਜਿਹੜਾ ਨਾ ਦੋਏ ਇੱਕ ਦੂਸਰੇ ਦੇ ਆਹਮਣੇ ਸਾਹਮਣੇ ਦੋਏ ਮਸ਼ਹੂਰ ਨੇ ਹੁਣ ਇਹ ਭਾਅ ਜੀ ਸਾਡਾ ਟੀ ਟਾਈਮ ਉਹ ਪਿੱਛੇ ਉਸਤਾਦ ਫਜ਼ਲਦੀਨ ਉਰਫ ਖੱਜਾ ਭਾਵਿਆਂ ਦਾ ਉਹ ਵਾਲੀ ਬਾਕੀ ਹਾਲ ਹਾਲਾਤ ਜਿਹੜੇ ਨਾ ਤੁਹਾਨੂੰ ਗੱਡੀ ਚ ਬਹਿ ਕੇ ਦੱਸ ਦਿੰਦੇ ਆ ਕੀ ਬੀਤੀ ਅੱਜ ਚੰਗੀ ਰੌਣਕ ਹੈ ਯਾਰਾਂ ਵੱਜ ਗਏ ਨੇ ਤੇ ਫਿਰ ਵੀ ਰੌਣਕ ਸਹੀ ਹੈ ਸਾਹਿਬ ਫੱਜੇ ਹੋਰਾਂ ਦੀ ਤਸਵੀਰ ਚੰਗੀ ਵੱਡੀ ਕਰਕੇ ਲਾ ਆਈ ਹੈ ਪੈਪਸੀ ਵਾਲਿਆਂ ਨੇ ਮੇਰਾ ਹਾਲ ਬੋਰਡ ਬਣਾ ਕੇ ਦਿੱਤਾ ਆਰ ਐਫ ਚਟਕਾਰਾ ਐ ਜ ਨਾਲ ਉਸਤਾਦ ਫੱਜਾ ਤੇ ਐ ਜ ਉਸਤਾਦ ਵਾਰਸ ਜਿਹੜਾ ਨਾ ਸਟੋਰੀ ਤੁਹਾਨੂੰ ਗੱਡੀ ਚ ਬਹਿ ਕੇ ਸੁਣਾਉਂਦੇ ਆ ਤੇ ਸਾਡੇ ਨਾਲ ਕਿਹੜੀ ਜੱਗ ਬੀਤੀ ਹੈ ਤੇ ਕਿਹੜੀ ਹੱਡ ਬੀਤੀ ਰਸ਼ ਮਾਜਾਲਾ ਹਾਲਾ ਵੀ ਜਿਹੜਾ ਨਾ ਉਹ ਇੱਥੇ ਬਿਹਤਰੀਨ ਹੈ ਤਕਰੀਬਨ ਇੱਕ ਡੇਢ ਘੰਟੇ ਤੋਂ ਜਿਹੜਾ ਨਾ ਅਸੀਂ ਇਸ ਚੌਕ ਦੇ ਵਿੱਚ ਰੋਟੀ ਖਾ ਕੇ ਤੇ ਫਿਰਨ ਡਏ ਹਾਂ ਉਹ ਪਿੱਛੇ ਜਿਹੜਾ ਨਾ ਉਹਦਾ ਬਾਦਸ਼ਾਹੀ ਮਸਜਿਦ ਦਾ ਜਿਹੜਾ ਨਾ ਦਰਵਾਜ਼ਾ ਵੇ ਉੱਥੇ ਰੋਟੀ ਖਾ ਚਾਹ ਜਿਹੜਾ ਨਾ ਉੱਧਰ ਪਿੱਛੇ ਆ ਪੀ ਕੇ ਆਏ ਹਾਂ ਪਠਾਣਾ ਦੇ ਕੋਲੋਂ ਅਤੇ ਫਿਰ ਅਸੀਂ ਚੌਂਕ 'ਚ ਆ ਗਏ ਹਾਂ ਗੱਡੀ ਆਪਣੀ ਖਲੋਤੀ ਹੈ ਹੁਣ ਗੱਡੀ 'ਚ ਬਹਿ ਕੇ ਅਤੇ ਬਾਕੀ ਅਗਲੀਆਂ ਗੱਲਾਂ ਤੁਹਾਨੂੰ ਸੁਣਾਉਂਦੇ ਹਾਂ ਭਾਅ ਜੀ ਗੱਲ ਇੰਜ ਕਿ ਸਾਡੇ ਨਾਲ ਜਿਹੜੀ ਬੀਤੀ ਜੇ ਨਾ ਹੀ ਪੁੱਛੋ ਉਹ ਨਾ ਹੀ ਪੁੱਛੋ ਤੇ ਚੰਗੀ ਗੱਲ ਹੈ ਛੋਟੀ ਜੀ ਤੁਹਾਨੂੰ ਦੱਸ ਛੱਡਾਂ ਕਿ ਮਿਰਚਾਂ ਜਿਹੜੀਆਂ ਹਨ ਹਰੀਆਂ ਇੰਨੀਆਂ ਕੁ ਹਨ ਕਿ ਮੈਨੂੰ ਅਕਸਰ ਆਉਂਦਾ ਪਸੀਨਾ ਰੋਟੀ ਖਾ ਕੇ ਤੇ ਲਾ ਬੈਠਾ ਮੈਂ ਅਸਰੋ ਮੱਥੇ ਦੇ ਉੱਤੇ ਨਾ ਪਸੀਨਾ ਪੁੱਜਣ ਵਾਸਤੇ ਤੇ ਜਨਾਬ ਬਾਅਦ ਚ ਅੱਧਾ ਘੰਟਾ ਜਿਹੜਾ ਮੈਂ ਉਹ ਤੜਫਦੇ ਹੀ ਰਿਹਾ ਵਾ ਇੰਨੀ ਕੁ ਮਿਰਚ ਸੀ ਉਹਦੇ ਵਿੱਚ ਚਟਕਾਰੇ ਕੋਲ ਸਿਰਫ ਮਿਰਚਾਂ ਤੋਂ ਸਵਾ ਹੋਰ ਕੁਝ ਵੀ ਨਹੀਂ ਬਸ ਟਿਕਟਾਕ ਤੇ ਇੱਕ ਫੇਮ ਬਣ ਗਈ ਹੈ ਤੇ ਜਨਾਬ ਆਰਫ ਚਟਕਾਰਾ ਕੁਝ ਵੀ ਨਹੀਂ ਜਿਹਨੇ ਮਿਰਚਾਂ ਖਾਣੀਆਂ ਨੇ ਇੱਥੇ ਆ ਜੀ ਮੈਂ ਤੇ ਆਖਾਂ ਵੀ ਘਰ ਹੀ ਹਰੀ ਮਿਰਚ ਕੁੱਟ ਕੇ ਨਾ ਤੇ ਚਿਕਨ ਤੇ ਪਾ ਕੇ ਤੇ ਖਾ ਲਓ ਬਸ ਬਸ ਇਹੀ ਨਜ਼ਾਰਾ ਹੋਰ ਕੁਛ ਵੀ ਨਹੀਂ ਜੀ ਆ ਤਾਂ ਨਹੀਂ ਕੀ ਹਾਈਪ ਕ੍ਰੀਏਟ ਹੋਈ 750 ਰੁਪਈਆ ਜਿਹੜਾ ਨਾ ਇੱਕ ਪੀਸ ਦਾ ਰੇਟ ਹੈ ਮਜ਼ਾ ਜਿਹੜਾ ਅੱਜ ਨਾ ਉਹ 7 ਰੁਪਈਆਂ ਵਾਲਾ ਵੀ ਨਹੀਂ ਜੇ ਕਸਮ ਖੁਦਾ ਦੀ ਦੋ ਪੀਸ ਲਏ ਹਜੇ ਇੱਕ ਉਹ ਪਿਆਜ ਆ ਗਿਆ ਉਹ ਤੇ ਆਪ ਏਅਰਪੋਰਟ ਤੇ ਚੱਲੇ ਆ ਕਿਸੇ ਮਾੜੇ ਬੰਦੇ ਨੂੰ ਜਿਹੜਾ ਦਿੰਦੇ ਆ ਉਹ ਰੋਟੀ ਖਾ ਲੇਗਾ ਰਸ਼ ਇੰਨਾ ਕਿ ਇੰਤਹਾ ਤੋਂ ਜ਼ਿਆਦਾ ਕਿ ਉੱਥੋਂ ਆਹ ਪਾਰਸਲ ਜਿਹੜਾ ਨਾ ਉਹ ਦੋ ਲਏ ਨੇ ਲੈ ਕੇ ਨਾ ਉੱਥੋਂ ਅਸੀਂ ਜਿਹੜਾ ਨਾ ਉਹ ਨਿਕਲ ਗਏ ਹਾਂ ਪਰਾਂ ਇੱਕ ਹੋਟਲ ਦੇ ਉੱਤੇ ਲਵਾਈ ਸੀ ਕੜਾਈ ਮਟਨ ਉਹ ਰੋਟੀ ਖਾਧੀ ਹੈ ਲੇਕਿਨ ਯਕੀਨ ਕਰੋ ਕਿ ਮਟਨ ਦਾ ਮਜ਼ਾ ਆਇਆ ਵੇ ਤੇ ਉਹ ਜਿਹੜੇ ਅਸੀਂ ਦੋ ਪੀਸ ਲਏ ਹਨ ਨਾ 1500 ਦੇ ਉਹ ਹਰਾਮ ਹੀ ਕਰਕੇ ਆਏ ਜੇ ਉਹ ਮਾਸਾ ਸਵਾਦ ਨਹੀਂ ਆਇਆ ਤੇ ਰਸ਼ ਹੁਣ ਵੀ ਜਾ ਕੇ ਵੇਖ ਲਓ ਕਮ ਅਜ਼ ਕਮ 400 ਤੋਂ 500 ਬੰਦਾ ਜਿਹੜਾ ਨਾ ਉਹ ਉਹਦੇ ਵਿੱਚ ਹੋਏਗਾ ਅੰਦਰ ਕਮਰਿਆਂ ਤੱਕ ਜਿਹੜਾ ਨਾ 6-7 ਕਮਰੇ ਨੇ ਤਿੰਨ ਫਲੋਰ ਤੇ ਬਹਿਣ ਲਈ ਜਗ੍ਹਾ ਕੋਈ ਨੀ ਲੋਕ ਜਿਹੜਾ ਨਾ ਨੰਬਰ ਸਿਰ ਆਪਣੇ ਆਪਣੇ ਨੰਬਰ ਟੇਬਲ ਮਲ ਕੇ ਖਲੋ ਰਹਿੰਦੇ ਨੇ ਕਿ ਭਾਜੀ ਆਹ ਟੇਬਲ ਖਾਲੀ ਹੋਏਗਾ ਤੇ ਇਹਦੇ ਤੇ ਮੈਂ ਬਹਿ ਜਾਵਾਂ ਸਿਰਫ ਆਉਂਦੇ ਨੇ ਪਹਿਲਾਂ ਟਿਕਟਾਕ ਬਣਾਉਂਦੇ ਨੇ ਵੀਡੀਓ ਬਣਾਉਂਦੇ ਨੇ ਬਣਾ ਕੇ ਤੇ ਅਪਲੋਡ ਕਰਦੇ ਨੇ ਕਿ ਅਸੀਂ ਵਾਇਰਲ ਹੋ ਜਾਵਾਂਗੇ ਸਿਰਫ ਵੀਡੀਓ ਬਣਾਉਣ ਦੀ ਖਾਤਰ ਲੋਕੀ ਆਉਂਦੇ ਨੇ ਬਣਾ ਕੇ ਤੇ ਫਿਰ ਉੱਤੇ ਚਲੇ ਜਾਂਦੇ ਨੇ ਮੈਨੇ ਵੀ ਜਿਹੜਾ ਇੱਕ ਵਾਰੀ ਆਏ ਉਹ ਦੁਬਾਰਾ ਆਏਗਾ ਇਸ ਤਰ੍ਹਾਂ ਦਾ ਨਿਜ਼ਾਮ ਹੈ ਬਾਕੀ ਜੇ ਕਿਸੇ ਨੇ ਆਉਣਾ ਹੋਏ ਤੇ ਉਹ ਆਪਣੀ ਮਰਜ਼ੀ ਹੈ ਕਿਸੇ ਦੀ ਅਸੀਂ ਤੇ ਬੜਾ ਜਿਹੜਾ ਨਾ ਲੱਭ ਲਭਾ ਕੇ ਨਾ ਸਮਝੋ ਕਿ ਟਿਕਟਾਕ ਤੇ ਬੰਦੇ ਨੂੰ ਗਏ ਆ ਕਿ ਕਿੱਥੇ ਕਿਹਦਾ ਐਡਰੈਸ ਹੈ ਕਿਹੜੀ ਜਗ੍ਹਾ ਤੇ ਵੇ ਲੇਕਿਨ ਕੋਈ ਝਸ ਨਹੀਂ ਜੇ ਆਈ ਯਕੀਨ ਕਰੋ ਜਿੰਨਾ ਨਾਂ ਸੁਣਿਆ ਸੀ ਨਾ ਓਨੀ ਝਸ ਨਹੀਂ ਜੇ ਆਈ ਹੈ ਫੱਜੇ ਦਾ ਗਵਾਂਢੀ ਹੈ ਜੇ ਆਉਣਾ ਹੋਏ ਕਿਸੇ ਨੇ ਤੇ ਫੱਜੇ ਕੋ ਆਈਓ ਸਾਹਮਣੇ ਤੁਹਾਨੂੰ ਆਰਫ ਚਟਕਾਰਾ ਨਜ਼ਰ ਆਈ ਹਾਂ ਬਿਲਕੁਲ ਇਹ ਅੱਜ ਭਾਅ ਜੀ ਬਾਦਸ਼ਾਹੀ ਮਸਜਿਦ ਸਾਡੇ ਸਾਹਮਣੇ ਇਹ ਗੁੰਬਦ ਨਜ਼ਰ ਆ ਰਹੇ ਜੀ ਉਹ ਵੇਖੋ ਮਨਾਰ ਅਸੀਂ ਬਿਲਕੁਲ ਇਹਦੇ ਥੱਲਿਓਂ ਦੀ ਜਿਹੜਾ ਨਾ ਜਾ ਰਹੇ ਹਾਂ ਵਾਪਸ ਇਹ ਜੀ ਬਾਦਸ਼ਾਹੀ ਮਸਜਿਦ ਹਾਂਜੀ ਇਹ ਵੇਖੋ ਚੈੱਕ ਕਰੋ ਚੈੱਕ ਹੁਣ ਅੱਲਾ ਦੇ ਹੁਕਮ ਦੇ ਨਾਲ ਅਸੀਂ ਚੱਲੇ ਜੀ ਏਅਰਪੋਰਟ ਤੇ ਏਅਰਪੋਰਟ ਦੀ ਤਰਫ ਰਵਾਂ ਦਵਾਂ ਪਹਿਲਾਂ ਹੋ ਸਕਦਾ ਸਾਡਾ ਕੋਈ ਮੂਡ ਬਦਲ ਜੇ ਭਾਅ ਵਾਰਸ ਦਾ ਬਦਲ ਜੇ ਅਸੀਂ ਕਿਤੇ ਹੋਰ ਪਾਸੇ ਨੂੰ ਜਿਹੜਾ ਨਾ ਉਹ ਮੂੰਹ ਕਰ ਲਈਏ ਫਿਲਹਾਲ ਤੇ ਸਾਡਾ ਏਅਰਪੋਰਟ ਦਾ ਹਾਲਾ ਏਅਰਪੋਰਟ ਦਾ ਸਾਡਾ ਜਿਹੜਾ ਨਾ
ਉਹ 12 ਵਜੇ ਨੇ ਤੇ ਇਹ 4 ਤੋਂ 5 ਘੰਟੇ ਸਾਡੇ ਕੋਲ ਟਾਈਮ ਹੈ ਜਿੱਦਾਂ ਨੂੰ ਮਰਦੀ ਫਿਰ ਤੁਰ ਸਕਨੇ ਆ ਹਾਂਜੀ ਆ ਵਾਰਸ ਹੈ ਪਾਵਾ ਨਾ ਸਿਰ ਕੋ ਰੱਖ ਜਾ ਬਾ ਤੋਵਾ ਤੋਵਾ ਇੰਨੀਆਂ ਮਰਚਾ ਓਏ ਓਏ ਅੱਜੇ ਪਾਵੇ ਆਣ ਦੇ ਕੋਲ ਚਲੀ ਆ ਰਫ ਚਟਕਾਰ ਆ ਚਟਕਾਰ ਆ ਹਾਂਜੀ ਬਿਲ ਗਲ ਚਟਕਾਰ ਚਟਕਾਰ ਆ ਵਾਕਈ ਚਟਕਾਰ ਜਿੰਨੀਆਂ ਭੁੱਗ ਰੱਖੀ ਇਹਨਾਂ ਰੋਟੀ ਦੀ ਸਾਰੀ ਜੀ ਭੁੱਗ ਜਨਾਬ ਉਹ ਮਰਚਾ ਤੇ ਸਾਡੀ ਕੱਢ ਛੜੀ ਹੈ ਮੂਡ ਸਪਾਇਲ ਕਰ ਛੜਿਆ ਸਾਰਾ ਚਟਕਾਰੇ ਨੇ ਖਰਾਬ ਕਰ ਛੜਿਆ ਕੰਮ ਨਹੀਂ ਉਮੀਦਾਂ ਤੇ ਪੂਰਾ ਨਹੀਂ ਉਤਰਿਆ ਲੇਕਿਨ ਕੋਈ ਨਹੀਂ ਚਲੋ ਨੈਕਸਟ ਟਾਈਮ ਹੈ ਉਹਦੇ ਕੋਲ ਜਨਾਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਅੱਲਾ ਨੇ ਇੱਜ਼ਤ ਉਹਨੂੰ ਬੜੀ ਦਿੱਤੀ ਇੱਜ਼ਤ ਦਿੱਤੀ ਅੱਲਾ ਨੇ ਲੇਕਿਨ ਗੱਲ ਉਹ ਭਈ ਇਹ ਟੇਸਟ ਕੋਈ ਨਹੀਂ ਲੇਕਿਨ ਇੱਜ਼ਤ ਰੱਬ ਜਿਹਨੂੰ ਦੇ ਨਾ ਉਹ ਭਾਵੇਂ ਸਮਝੋ ਕਿ ਇੱਕ ਕਾਗਜ਼ ਚੁਗਣ ਵਾਲੇ ਨੂੰ ਦੇਖੜੇ ਨਾ ਰੱਬ ਇੱਜ਼ਤ ਉਹਦੇ ਵਿੱਚ ਬੰਦਾ ਕੁਛ ਨਹੀਂ ਕਰ ਸਕਦਾ ਇੱਜ਼ਤ ਉਸ ਬੰਦੇ ਕੋਲ ਹੈ ਜੇ ਉਹ ਲਾਜਵਾਬ ਹੈ